नमस्कार, आप देख रहे हैं फास्ट न्यूज इंडिया। हमारे साथ जुड़े रहने के लिए हमारे YouTube चैनल को सब्सक्राइब करें और फेसबुक पेज को फॉलो करें। अभी कुछ ही दिन पहले का मामला है जब अमृतसर में 12 वर्षीय बच्ची द्वारा एक बच्चे को जन्म देने की घटना सुर्खियों में आई थी। एक बार फिर इंसानियत को शर्मसार करने की घटना सामने आई है, जहां एक भाई ने अपनी ही नाबालिग बहन का रेप कर दिया। पीड़ित परिवार का आरोप है कि पुलिस के बार बार चक्कर लगाने के बावजूद अभी तक आरोपी गिरफ्त से बाहर है और मामला दर्ज नहीं किया गया। यदि पंजाब पुलिस इस तरह के संजीदा मामले को गंभीरता से नहीं लेती तो ऐसे मामलों पर रोक कैसे लगेगी? आइए देखते हैं अमृतसर से गुरप्रीत संधू की खास रिपोर्ट। जिस 11 साल की कुड़ी का बलात्कार हो जाए तो पुलिस भी कार्रवाई ना करे, पुलिस तो भी बड़े सवाल है। जे इन्हें इस तरह का कुकर्म हो गया, कल थोड़िया धियां भी हो सकता, इन्हू अपनी धी समझ के इनू अधिकार दवाया जाए। जे नहीं दवा सकते तो अपन वर्दियां ला के सुट दिखाई जान की लोड़ आ ऐसे ही पुलिस बनन दे कि जो किन्नी वारी हो गया है मुलाजमान को। देखो जी, यह परिवार चार बारी हो के आ गया वा। मुलाजम कहते हैं कि किसी टाइम तो कहते हैं को लेडीज कॉन्स्टेबल अवेलेबल नहीं हैगी, असी परचा कर देंगे। जे फिर जाते फिर कहते 12 बजे सवेरे बुलाते, फिर इन्हों गेड़े मरवाई जा रहे हैं। कितने कहते हैं कि गवर्नर आ गया और ड्यूटी आ, जे तुम VIP ड्यूटी करनी आ तो फिर इन्हों के अधिकार आते फिर इन्होंने दबके भी मार दो ना। हाँ जी, की हाल है? मेरी मम्मी उन्हें दवाई लैन गए सी कि ना मेरे ताए का बेटा आया, कहिंदा भुई बुलाउंदी थले, मैं चल गई थले ते ना कहिंदा कि कपड़े ला, मैं लाए नहीं ते उन्हें मेरे खुद लवा ले कपड़े। कहिंदा कि ना जे तू ना करेंगी ना है ना मैं झूठे बना के शिकायत दसूंगा। ते मेरा भरा आ गया चाचे ताए का है ना, ते उन्हें वेख लिया सारा कुछ, ते उन्हें फिर मेरी मम्मी दसता सारा कुछ, फिर मेरी मम्मी ने मेरे को पुछया सारा कुछ। ਤਾਂ ਕੀ ਦੱਸਿਆ ਤੁਸੀਂ? ਅਸੀਂ ਦੱਸਿਆ ਕਿ ਮੈਂ ਨਾਲ ਮੇਰੇ ਨਾਲ ਜ਼ਬਰਦਸਤੀ ਕੀਤੀ ਗਈ ਹੈ ਅਤੇ ਹੱਲੇ ਆਵਾਜ਼ ਮਾਰ ਲਈ, ਮੈਨੂੰ ਭੂਈ ਬੁਲਾਉਣ ਡੀ ਆ। ਝੂਠ ਕਹਿ ਕੇ ਬੁਲਾਇਆ ਗਿਆ? ਹਾਂਜੀ। ਤਾਂ ਕਮਰਾ ਕਿੰਨੇ ਬੰਦ ਕੀਤਾ? ਮੇਰੇ ਚਾਚੇ ਤਾਏ ਨੇ ਮੁੰਡੇ ਨੇ ਬੰਦ ਕਰ ਲਿਆ ਰੂਬਾ। ਤਾਂ ਕੀ ਕਾਰਵਾਈ ਹੋਣੀ ਚਾਹੀਦੀ ਉੱਤੇ? ਸਜ਼ਾ ਮਿਲਣੀ ਚਾਹੀਦੀ ਇਹਨੂੰ। ਰੋਲ। ਹਾਂਜੀ, ਕੀ ਹੋਇਆ ਜੀ ਤੁਹਾਡੀ ਬੇਟੀ ਦੇ ਨਾਲ? ਅਸੀਂ ਸਰ 8:17 ਤੇ ਆਪਣੀ ਬੇਟੀ ਛੋਟੀ ਦੀ ਸਕਿਨ ਦੀ ਪ੍ਰੋਬਲਮ ਦਵਾਈ ਲੈਣ ਗਏ ਬਦਰੀਨਾਥ ਕੋ, ਤੇ ਅਸੀਂ ਜਦੋਂ ਘਰੇ ਆਏ ਬੇਟਾ ਹੈ ਛੋਟਾ ਤੇ ਚਾਚੇ ਦਾ ਇਹਦਾ ਬੇਟਾ ਹੈ ਤੇ ਉਹਨੇ ਕਿਤੇ ਦੇਖਿਆ ਹੋਇਆ ਸੀ, ਉਹਨੇ ਦੇਖਿਆ ਹੋਇਆ ਸੀ ਤੇ ਉਹ ਬਾਹਰ ਸਾਡੀ ਵੇਟ ਕਰਦਾ ਪਿਆ ਸੀ ਕਿ ਆਹ ਕੰਮ ਆਲਮ ਨੇ ਕੀਤਾ ਹੋਇਆ ਹੈ। ਆਪਾਂ ਉਹਨੂੰ ਪੁੱਛਿਆ ਉਹ ਮੰਨਿਆ ਨਹੀਂ, ਤੇ ਇਹਦੇ ਪਾਪਾ ਨੇ ਵੀ ਪੁੱਛਿਆ ਏ ਕਿ ਆਹ ਕੰਮ ਕੀਤਾ, ਮੰਨਿਆ ਨੀ। ਇੰਨੀ ਗੱਲ ਹੋਈ, ਆਪਾਂ ਰਿਪੋਰਟ ਲਿਖਾਉਣ ਚਲ ਗਏ ਆ ਤੇ ਇਹਨੇ ਨੂੰ ਉਹਦੀ ਮੰਮੀ ਨੇ ਮੁੰਡਾ ਭਜਾਤਾ। ਹਾਂਜੀ, ਤਾਂ ਕੀਤਾ ਕੀ ਤੁਹਾਡੀ ਬੇਟੀ ਦੇ ਨਾਲ? ਉਹਨੇ ਬੇਟੀ ਨੂੰ ਮਾਰਿਆ ਜ਼ਬਰਦਸਤੀ, ਕਹਿੰਦਾ ਸੀ ਕੱਪੜੇ ਲਾ, ਮੇਰੇ ਨਾਲ ਗੰਦੇ ਕੰਮ ਕਰ। 4 ਦਿਨ ਹੋ ਗਏ ਸਾਡੀ ਕੋਈ ਸੁਣਵਾਈ ਨਹੀਂ ਹੋਣ ਦੀ। ਕਹਿ ਦਿੰਦੇ ਸਵੇਰੇ 10 ਵਜੇ ਆਏ, 10 ਵਜੇ ਤੋਂ ਕਹਿ ਦਿੰਦੇ ਸ਼ਾਮੀ ਆਇਓ 5 ਵਜੇ, ਉਹ ਤੋਂ ਬਾਅਦ ਇੱਦਾਂ ਹੀ ਗਾਂ ਸਾਨੂੰ ਲਾਰੇ ਲਾਈ ਜਾਂਦੇ ਬਸ ਕਿ ਸਾਡੀ ਸੁਣਵਾਈ ਹੋਈ ਜਾਵੇ। ਕਾਰਵਾਈ ਨਹੀਂ ਕਰੀ ਪੁਲਿਸ? ਕਾਰਵਾਈ ਕੋਈ ਨਹੀਂ ਕੀਤੀ ਹੈਗੀ। ਇੱਕ ਵਾਰੀ ਆਏ ਉਹਨਾਂ ਦੇ ਘਰੇ ਤੇ ਮੁੰਡਾ ਉਹ ਭਜਾ ਚੁੱਕੇ ਸੀ ਤੇ ਬਾਅਦ 'ਚ ਕੋਈ ਕਾਰਵਾਈ ਨਹੀਂ ਕੀਤੀ। ਅਸੀਂ ਫੋਨ ਵੀ ਕੀਤਾ 2 ਵਾਰੀ ਕਿ ਉਹ ਘਰੇ ਆਏ, ਉਹਨਾਂ ਨੂੰ ਪੁੱਛੋ ਗਿੱਛੋ ਇੱਕ ਵਾਰੀ ਆ ਕੇ, ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਅੱਗੋ ਸਰ ਸਾਨੂੰ ਧਮਕੀਆਂ ਲਾਉਂਦੇ ਪਏ ਕਿ ਸਾਡੇ ਮੁੰਡੇ 'ਤੇ ਜੇ ਪਰਚਾ ਹੋ ਗਿਆ ਤਾਂ ਅਸੀਂ ਤੁਹਾਨੂੰ ਛੱਡਣਾ ਨਹੀਂ। ਉਸ ਤੋਂ ਬਾਅਦ ਉਹਦੀ ਮੰਮੀ ਨਾਲ ਵੀ ਇਹ ਗੱਲ ਕੀਤੀ ਹੋਈ ਕਿ ਤੁਹਾਡੇ ਬੱਚੇ ਨੇ ਆਹ ਗਲਤੀ ਕੀਤੀ, ਤੇ ਉਹ ਕਹਿੰਦੀ ਸਾਡਾ ਬੱਚਾ ਗਲਤੀ ਕਰ ਹੀ ਨਹੀਂ ਸਕਦਾ, ਬੱਚੀ ਨੂੰ ਮਾਰਿਆ ਕੁੱਟਿਆ ਹੈ, ਜ਼ਬਰਦਸਤੀ ਖੁਦ ਉਹਨੇ ਕੱਪੜੇ ਲਾਏ ਆ, ਤੇ ਜਿਹੜਾ ਸਾਹਿਲ ਇਹਦਾ ਭਰਾ ਹੈ ਉਹਨੇ ਖੁਦ ਵੇਖਿਆ ਹੋਇਆ ਇਹਨੂੰ, ਤੇ ਉਹ ਬਾਹਰ ਖਲੋ ਕੇ ਸਾਡੀ ਵੇਟ ਕਰਦਾ ਪਿਆ ਸੀ ਕਿ ਕਦੋਂ ਤਾਈ ਤੇ ਤਾਇਆ ਆਵੇ ਤੇ ਮੈਂ ਉਹਨੂੰ ਦੱਸਾਂ। ਘਰ ਦੇ ਵਿੱਚ ਕੋਈ ਵੀ ਨਹੀਂ ਸੀ, ਤੇ ਜਦੋਂ ਅਸੀਂ ਦਵਾਈ ਲੈਣ ਗਏ ਉਦੋਂ ਉਹਦੀ ਮੰਮੀ ਘਰੇ ਸੀ, ਤੇ ਜਦੋਂ ਅਸੀਂ ਘਰੇ ਆ ਕੇ ਵੇਖਿਆ ਕਹਿੰਦੀ ਮੈਂ ਚਰਚ ਗਈ, ਚਰਚ 'ਚ ਪਤਾ ਕੀਤਾ ਚਰਚ ਕਹਿੰਦੇ ਲੱਗਾ ਹੀ ਨਹੀਂ ਅੱਜ, ਤੇ ਉਹਦੀ ਮੰਮੀ ਸਾਰਾ ਕੁਛ ਕਰਵਾਉਂਦੀ ਪਈ ਹੈ। ਥਾਣੇ ਕਿਹੜੇ ਕੰਪਲੇਂਟ ਦਿੱਤੀ? ਥਾਣੇ ਕਿਹੜੇ ਕੰਪਲੇਂਟ ਦਿੱਤੀ? ਥਾਣੇ ਆ ਚੌਂਕੀ ਕੀਤੀ ਹੋਈ ਹੈ। ਤੇ ਚੌਂਕੀ ਵਾਲੇ ਕੀ? ਹਾਂਜੀ, ਕੀ ਕਹਿੰਦੇ ਨੇ? ਉਹ ਬਸ ਇਹੀ ਕਹਿ ਦਿੰਦੇ ਕੋਈ ਨਹੀਂ ਸ਼ਾਮੀ ਪਰਚਾ ਕੱਟ ਦਿੰਨੇ, ਸਵੇਰੇ ਕੱਟ ਦਿੰਨੇ, ਬਸ ਲਾਰੇ ਤੇ ਲਾਰੇ ਲਾਈ ਜਾਂਦੇ। ਕਾਰਵਾਈ ਕੋਈ ਨਹੀਂ ਕੀਤੀ ਹੋਈ। ਕੀ ਮੰਗ ਆ ਤੁਹਾਡੀ? ਸਾਡੀ ਮੰਗ ਆ ਕਿ ਉਹਨੂੰ ਸਜ਼ਾ ਦਿੱਤੀ ਜਾਵੇ, ਅੱਗੇ ਵੀ ਉਹਨੇ 5-6 ਬੱਚਿਆਂ ਨਾਲ ਗਲਤ ਕੰਮ ਕੀਤੇ ਹੋਏ ਆ, ਸਕਾ ਇਹਨਾਂ ਦਾ ਇਹਦੀ ਭੂਆ ਦਾ ਬੇਟਾ ਉਹਦੇ ਨਾਲ ਵੀ ਕੀਤੇ ਹੋਏ, ਉਹ 5 ਸਾਲ ਦਾ ਹੈ। ਤਾਂ ਕਾਰਵਾਈ ਹੋਣੀ ਚਾਹੀਦੀ ਹੈ? ਕਾਰਵਾਈ ਪੂਰੀ ਹੋਣੀ ਚਾਹੀਦੀ ਹੈ। ਹਾਂਜੀ ਸਰ। ਜੈ ਭੀਮ, ਜੈ ਸੰਵਿਧਾਨ, ਸਮਾਜ ਦੇ ਸਾਰੇ ਇਸ਼ਟਾਂ ਨੂੰ ਨਮਨ। ਅੱਜ ਜਿਹੜਾ ਮਸਲਾ ਜਿਹੜਾ ਗੁਰੂ ਨਗਰੀ ਦੇ ਵਿੱਚ ਹੋਇਆ, ਪਹਿਲੋਂ
एक 12 साल की कुड़ी जिहड़ी कि एक बच्चे नूं जन्म दिंदी आ, वह भी शर्मनाक सी। कानून दे नाल खेलिया जा रहा, कानून कहिंदा है कि 18 साल की बच्ची जिहड़ी कि उस तों बाद विआह होना चाहिए, लेकिन इत्थे 11 साल दियां बच्चियां दे वी वरतों होनी शुरू कर दित्ती। पंजाब सरकार ते वड्डे सवाल हैगे कि तुहाडी सरकार तां आम लोकां लई बणी सी, कि तुसी आके सरकार तो बाद 12 साल दी बच्चियां नाल रेप, 11 साल दी बच्चियां नाल रेप कराना शुरू कर दिता। जे थाणियां च जांदे आ ते चार चार गेड़े, किथे सुनवाई होएगी गरीब लोकां दी, किथे आम लोकां दी सुनवाई होएगी? मैनूं तां किते ना किते गैप फर्क लगदा कि जे आम आदमी पार्टी दी सरकार बणी, उह आम लोक वी हैगे आ कि नहीं? उहनां नूं इहनां दे घरां तक आना चाहीदा सी। शर्म आंदी आ मसले बोलण वाले सानूं वी कि साडे समाज दे विच इक 11 साल दी कुड़ी जिस नूं उस दे ताए दा बेटा ही, ਭੈਣ ਭਰਾ ਹੀ ਲੱਗਦੇ ਰਿਸ਼ਤੇ ਦੇ ਵਿੱਚ, ਤਾਏ ਦਾ ਬੇਟਾ ਹੀ ਉਹਨਾਂ ਮਿਸ ਯੂਜ਼ ਕਰਦਾ ਆ, ਤੇ ਜਦੋਂ ਫੜਿਆ ਜਾਂਦਾ ਆ ਤੇ ਫੜ ਕੇ ਉਹਦੀ ਮਾਂ ਨੂੰ ਭਜਾ ਦਿੰਦੀ ਆ, ਤੇ ਜਦੋਂ ਇਹ ਲੋਕ ਗਰੀਬ ਲੋਕ ਜਾਂਦੇ ਇਨਸਾਫ਼ ਲੈਣ ਗੁਮਟਾਲੇ ਚੌਂਕੀ ਦੇ ਵਿੱਚ, ਤੇ 4 ਵਾਰੀ ਥਾਣੇ 'ਚ ਗੇੜੇ ਮਰਵਾਏ। ਕੀ ਇਹ ਲੋਕ ਜਿਹੜੇ ਹੈਗੇ ਆ ਕੌਨਸਟੀਟਿਊਸ਼ਨ ਦੇ ਦਾਇਰੇ 'ਚ ਨਹੀਂ ਆਉਂਦੇ? ਕੀ ਇਹਨਾਂ ਦੀਆਂ ਇੱਜ਼ਤਾਂ ਨਹੀਂ ਹੈਗੀਆਂ? ਕਿਉਂ ਨਹੀਂ ਕਾਰਵਾਈ ਕੀਤੀ ਜਾ ਰਹੀ ਜੀ ਪੁਲਿਸ ਵੱਲੋਂ? ਦੇਖੋ ਜੀ, ਪੁਲਿਸ ਕਾਰਵਾਈ ਇਸ ਕਰਕੇ ਨਹੀਂ ਕਰਦੀ, ਪੈਸਾ ਵਰਸਿਸ ਗਰੀਬੀ ਚੱਲਦੀ ਪਈ ਆ। ਜਿਹ ਕੋ ਪੈਸਾ ਆ ਕੌਨਸਟੀਟਿਊਸ਼ਨ ਉੱਧਰ ਨੂੰ ਭੁਗਤਾ ਦਿੰਦੇ ਆ, ਜੇ ਗਰੀਬ ਆ ਉਹਨਾਂ ਨੂੰ ਕੌਨਸਟੀਟਿਊਸ਼ਨ ਦੇ ਦਾਇਰੇ 'ਚ ਨਹੀਂ ਲਿਆ ਜਾਂਦਾ। ਇਹੀ ਕਾਰਨ ਹੈਗਾ ਕਿ 11 ਸਾਲ ਦੇ ਇੰਨੇ ਕੁ ਲੋਕਾਂ ਦੇ ਹੌਸਲੇ ਵੱਧ ਗਏ ਆ ਕਿ 11 ਸਾਲ ਦੀਆਂ ਕੁੜੀਆਂ ਦੇ ਬਲਤਕਾਰ ਹੋਣੇ ਸ਼ੁਰੂ ਹੋ ਗਏ ਆ। ਮੈਂ ਬੇਨਤੀ ਕਰਦਾ ਪੰਜਾਬ ਦੇ ਵਾਸੀਆਂ ਨੂੰ ਕਿ ਇਹ ਜਿਹੜੀ ਚੀਜ਼ ਹੁੰਦੀ ਆ ਤੁਹਾਡੀ ਚੁੱਪੀ ਕਾਰਨ ਹੁੰਦੀ ਆ, ਅੱਜ ਇਹਨਾਂ ਦੇ ਪਰਿਵਾਰਾਂ 'ਚ ਹੋਈ ਆ, ਕੱਲ੍ਹ ਨੂੰ ਤੁਹਾਡੇ ਪਰਿਵਾਰਾਂ 'ਚ ਵੀ ਅੱਗ ਆ ਸਕਦੀ ਆ। ਇਹ ਲਈ ਸਾਨੂੰ ਵੱਡੇ ਐਜੀਟੇਸ਼ਨ ਕਰਨੇ ਚਾਹੀਦੇ ਆ, ਵੱਡੇ ਲੈਵਲ 'ਤੇ ਆਵਾਜ਼ਾਂ ਚੁੱਕਣੀਆਂ ਚਾਹੀਦੀਆਂ ਤਾਂ ਜੋ 11 ਸਾਲ ਦੀਆਂ ਬੱਚੀਆਂ ਦਾ ਸੇਫ ਹੋ ਸਕਣ। ਜੇ ਪੰਜਾਬ ਦੇ ਵਿੱਚ ਗੈਂਗਸਟਰਵਾਦ ਵਧਿਆ ਆ, ਪੰਜਾਬ ਦੇ ਵਿੱਚ ਕਤਲ ਸ਼ਰੇਆਮ ਹੋ ਰਿਹਾ, ਲੋ ਐਂਡ ਆਰਡਰ ਦੀ ਸਥਿਤੀ ਦੇ ਬੜੇ ਵੱਡੇ ਸਵਾਲ ਹੈਗੇ ਆ, ਸ਼ਹਿਰ 'ਚ ਡੀ ਜੀ ਸਾਹਿਬ ਤੇ ਆ ਗਏ ਆ, ਲੇਕਿਨ ਬਹੁਤ ਵਧੀਆ ਕੰਮ ਕਰ ਰਹੇ, ਲੇਕਿਨ ਜਦੋਂ 11 ਸਾਲ ਦੀ ਬੱਚੀ ਨਾਲ ਇਹੋ ਜਿਹਾ ਕੁਕਰਮ ਹੋ ਜਾਂਦਾ ਤੇ ਡੀ ਜੀ ਸਾਹਿਬ 'ਤੇ ਵੀ ਸਵਾਲ ਉੱਠ ਜਾਂਦੇ ਆ, ਕਿਤੇ ਨਾ ਕਿਤੇ ਤੁਹਾਡਾ ਵੀ ਜਿਹੜਾ ਦਾਇਰਾ ਹੈਗਾ ਉਹ ਖਤਮ ਹੋ ਰਿਹਾ। ਜੇ ਲੋਕ ਤੁਹਾਡੇ ਕੋਲ ਡਰ ਨਹੀਂ ਪਾ ਰਹੇ, ਜੇ ਡਰਨਗੇ ਲੋਕ ਤਾਂ ਤਦ ਹੀ ਜਿਹੜਾ ਕਾਨੂੰਨ ਦੀ ਵਿਵਸਥਾ ਸਹੀ ਹੋਏਗੀ ਨਾ। ਲੋਕ ਇਹਨਾਂ ਕੋਲ ਡਰ ਨਹੀਂ ਪਾ ਰਹੇ, ਲੋਕ ਇਸ ਇੰਨਾ ਕੁ ਲੋਕਾਂ ਦੇ ਹੌਸਲੇ ਬੁਲੰਦ ਹੋ ਗਏ ਕਿ ਉਹਨਾਂ 11 ਸਾਲ ਦੀਆਂ ਕੁੜੀਆਂ 'ਤੇ ਵੀ ਜਿਹੜਾ ਨਿਗਾਹ ਰੱਖਣੀ ਸ਼ੁਰੂ ਕਰਤੀ ਹੈ, ਬੜੀ ਸ਼ਰਮਨਾਕ ਹੈਗੀ ਆ। ਮੇਰੀ ਬੇਨਤੀ ਹੈ ਪੰਜਾਬ ਵਾਸੀਆਂ ਨੂੰ, ਮੇਰੇ ਗੁਰੂ ਨਗਰੀ ਵਾਸੀਆਂ ਨੂੰ ਕਿ ਐਸੇ ਕੁਕਰਮ ਨਾ ਹੋਣ ਦਿਓ, ਧੀਆਂ ਦੀ ਇੱਜ਼ਤਾਂ ਨੂੰ ਇੱਜ਼ਤਾਂ ਸਮਝੋ, ਤਦ ਹੀ ਬਚਾਅ ਆ, ਉਹੀ ਪੰਜਾਬ ਬਣਾਓ ਜਿਹੜਾ ਗੁਰੂਆਂ ਪੀਰਾਂ ਦਾ ਪੰਜਾਬ ਹੈ। ਕਹਿੰਦੇ ਸੀ ਗੁਰੂਆਂ ਪੀਰਾਂ ਨੇ ਵੀ ਧੀਆਂ ਲਈ ਕੁਰਬਾਨੀਆਂ ਦਿੱਤੀਆਂ, ਬੜੇ ਇਤਿਹਾਸ ਆ ਜਿੱਥੇ ਧੀਆਂ ਲਈ ਕੁਰਬਾਨੀਆਂ ਦਿੱਤੀਆਂ ਗਈਆਂ, ਬਸ ਇਸ ਤਰ੍ਹਾਂ ਦਾ ਨਾ ਹੋਵੇ। ਜੈ ਭੀਮ ਅਤੇ ਜੈ ਸੰਵਿਧਾਨ। ਹਾਂਜੀ ਸਰ, ਕੀ ਮਾਮਲਾ ਆਇਆ ਜੀ ਇਹ ਬੱਚੀ ਦਾ? ਇੱਕ ਨਾ ਬੱਚੀ ਨਾਲ ਜਿਹੜੀ ਆ ਛੇੜਖਾਨੀ ਹੋਣ ਸੰਬੰਧੀ ਸਾਡੇ ਕੋਲ ਜਿਹੜੀ ਆ ਸੂਚਨਾ ਮਿਲੀ ਹੈ ਸਾਨੂੰ, ਉਸ ਸੰਬੰਧੀ ਅਸੀਂ ਜਿਹੜੀ ਆ ਲੇਡੀ ਸਬ ਇੰਸਪੈਕਟਰ ਨੂੰ ਬੁਲਾ ਕੇ ਉਹਦੇ ਸੰਬੰਧੀ ਜਿਹੜੀ ਜੋ ਵੀ ਸ਼ਿਕਾਇਤ ਉਹਨਾਂ ਨੂੰ ਲੈ ਕੇ ਕਾਰਵਾਈ ਕਰ ਰਹੇ ਹਾਂ। ਬਸ ਇੰਨੀ।